PSPCL ਵੱਲੋਂ ਨਵੀਂ ਤਕਨੀਕ ਨਾਲ ਤਿਆਰ ਕੀਤੇ ਸਮਾਰਟ ਮੀਟਰ ਹੁਣ ਪੰਜਾਬ ਵਿੱਚ ਲਗਾਉਣੇ ਜ਼ਰੂਰੀ ਹੋ ਗਏ ਨੇ। ਤੁਸੀਂ ਜੇਕਰ ਹੁਣ ਨਵਾਂ ਬਿਜਲੀ ਕਨੈਕਸ਼ਨ ਅਪਲਾਈ ਕਰੋਗੇ ਤਾਂ ਤੁਹਾਡੇ ਘਰ ਜਾਂ ਦੁਕਾਨ ਤੇ ਸਮਾਰਟ ਮੀਟਰ ਹੀ ਲੱਗਣਗੇ। ਇਹਨਾਂ ਸਮਾਰਟ ਮੀਟਰਾਂ ਨਾਲ ਜਿੱਥੇ ਬਿਜਲੀ ਵਿਭਾਗ ਦੀ ਸਿਰਦਰਦ ਵੀ ਘਟੇਗੀ ਤਾਂ ਉੱਥੇ ਹੀ ਪ੍ਰਤੀ ਮੀਟਰ 10 ਰੁਪਏ ਦੀ ਪਾਵਰਕਾਮ ਨੂੰ ਫਾਇਦਾ ਵੀ ਹੋਵੇਗਾ। ਇਸ ਸਮਾਰਟ ਮੀਟਰ ਦੀ ਖਾਸੀਅਤ ਹੈ ਕਿ ਜਿਹੜੇ ਉਪਭੋਗਤਾ ਦੇ ਘਰ ਮੀਟਰ ਲੱਗੇਗਾ ਉਸਦੇ ਘਰ ਪਾਵਰਕਾਮ ਦਾ ਮੁਲਾਜ਼ਮ ਬਿੱਲ ਦੇਣ ਨਹੀਂ ਆਵੇਗਾ, ਕਿਉਂਕਿ ਇਹਨਾਂ ਮੀਟਰਾਂ ਵਿੱਚ ਸਿਮ ਲੱਗੇ ਹੋਏ ਨੇ ਅਤੇ ਇੰਟਰਨੈਟ ਨਾਲ ਲਿੰਕ ਕੀਤੇ ਹੋਏ ਨੇ ਜੋ ਹਰ ਮਹੀਨੇ ਬਿਜਲੀ ਦੀ ਖਪਤ ਨੂੰ ਨੋਟ ਕਰਕੇ ਪਾਵਰਕਾਮ ਦੇ ਸਰਵਰ ਵਿੱਚ ਫੀਡ ਕਰ ਦਿੰਦੇ ਨੇ। ਬਾਅਦ ਵਿੱਚ ਬਿਜਲੀ ਵਿਭਾਗ ਦਾ IT ਸੈਕਸ਼ਨ ਉਪਭੋਗਤਾਵਾਂ ਨੂੰ ਬਿਜਲੀ ਖਪਤ ਦੀ ਡਿਟੇਲ ਆਨਲਾਈਨ ਮੁਹੱਈਆ ਕਰਵਾਉਂਦਾ ਹੈ। ਤੁਹਾਨੂੰ ਦੱਸ ਦਈਏ ਕਿ ਸਵਾਲ ਆਉਂਦਾ ਹੈ ਕਿ ਸਮਾਰਟ ਮੀਟਰ 300 ਯੂਨਿਟ ਮੁਫਤ ਬਿਜਲੀ ਦੇਣਗੇ। ਤੁਹਾਨੂੰ ਦੱਸ ਦਿਆਂ ਪੰਜਾਬ ਵਿੱਚ ਸੂਬਾ ਸਰਕਾਰ ਨੇ 7 ਕਿਲੋਵਾਟ ਤੱਕ ਦੇ ਬਿਜਲੀ ਕਨੈਕਸ਼ਨ ਵਾਲੇ ਘਰੇਲੂ ਉਪਭੋਗਤਾਵਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਮੁਫਤ ਕੀਤੀ ਹੋਈ ਹੈ। ਇਸ ਦੇ ਲਈ ਪੰਜਾਬ ਵਿੱਚ ਕਈ ਥਾਵਾਂ ਤੇ ਸਮਾਰਟ ਮੀਟਰ ਬਿਜਲੀ ਮੀਟਰ ਲਗਾਉਣ ਆਏ ਮੁਲਾਜ਼ਮਾਂ ਦਾ ਵਿਰੋਧ ਵੀ ਹੋਇਆ ਸੀ। ਵਿਰੋਧ ਕਰਨ ਵਾਲੇ ਲੋਕਾਂ ਨੂੰ ਖਦਸ਼ਾ ਹੈ ਕਿ ਨਵੇਂ ਸਮਾਰਟ ਮੀਟਰ ਨਾਲ ਮੁਫਤ ਬਿਜਲੀ ਦੀ ਸਕੀਮ ਬੰਦ ਹੋ ਸਕਦੀ ਹੈ। ਇਸ ਸੰਬੰਧੀ ਬਿਜਲੀ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਨਵੇਂ ਸਮਾਰਟ ਮੀਟਰ 300 ਯੂਨਿਟ ਦੀ ਖਪਤ ਤੱਕ ਵੱਖਰਾ ਨੋਟ ਕਰਦੇ ਨੇ ਅਤੇ ਬਾਅਦ ਵਿੱਚ ਜਿਨ੍ਹਾਂ ਦੇ ਮੀਟਰ ਵਾਧੂ ਬਿਜਲੀ ਫੂਕ ਦਿੰਦੇ ਨੇ ਉਹਨਾਂ ਦੀ ਰੀਡਿੰਗ ਵੱਖ ਤੋਂ ਨੋਟ ਕੀਤੀ ਜਾਂਦੀ ਹੈ। ਇਹਨਾਂ ਮੀਟਰਾਂ ਨਾਲ 300 ਯੂਨਿਟ ਮੁਫਤ ਬਿਜਲੀ ਸਕੀਮ 'ਤੇ ਕੋਈ ਅਸਰ ਕਿਹਾ ਜਾ ਰਿਹਾ ਹੈ ਕਿ ਨਹੀਂ ਪਵੇਗਾ। ਜੇਕਰ ਤੁਹਾਡੇ ਘਰ ਸਮਾਰਟ ਮੀਟਰ ਲੱਗਿਆ ਹੈ ਤਾਂ ਤੁਸੀਂ ਹਰ ਰੋਜ਼ ਬਿਜਲੀ ਦੀ ਖਪਤ ਦਾ ਡਾਟਾ ਘਰ ਬੈਠੇ ਹੀ ਦੇਖ ਸਕਦੇ ਹੋ। ਇਸ ਲਈ ਬਿਜਲੀ ਵਿਭਾਗ ਵੱਲੋਂ ਇੱਕ ਮੋਬਾਈਲ ਐਪਲੀਕੇਸ਼ਨ ਤਿਆਰ ਕੀਤੀ ਗਈ ਹੈ ਜਿਸ ਦੀ ਮਦਦ ਨਾਲ ਤੁਸੀਂ ਬਿਜਲੀ ਦੀ ਖਪਤ ਨੂੰ ਦੇਖ ਕੇ ਉਸ ਹਿਸਾਬ ਨਾਲ ਉਸ ਦੀ ਵਰਤੋਂ ਕਰ ਸਕਦੇ ਹੋ। ਪਾਵਰਕਾਮ ਦੇ ਬੈਸਟ ਡਿਵੀਜ਼ਨ ਹੈੱਡ ਸਨੀ ਭਾਗਰਾ ਨੇ ਇਸ ਸੰਬੰਧੀ ਹੋਰ ਜਾਣਕਾਰੀ ਦਿੱਤੀ। ਮੋਬਾਈਲ ਐਪ ਵਰਤਣ ਦੇ ਲਈ ਆਪਣਾ ਮੋਬਾਈਲ ਨੰਬਰ ਅਤੇ ਈਮੇਲ ਆਈਡੀ ਦਰਜ ਕਰਨੀ ਹੋਵੇਗੀ। ਬਿਜਲੀ ਵਿਭਾਗ ਮੁਲਾਜ਼ਮਾਂ ਦੇ ਪਿੰਡਾਂ ਸ਼ਹਿਰਾਂ ਵਿੱਚ ਗੇੜੇ ਘਟਾਉਣ ਲਈ ਪਾਵਰਕਾਮ ਨੇ ਮੌਜੂਦਾ ਸਮੇਂ ਸਪੌਟ ਬਿਲਿੰਗ ਸੇਵਾ ਵੀ ਸ਼ੁਰੂ ਕੀਤੀ ਹੋਈ ਹੈ। ਇਸ ਨਾਲ ਹੀ ਬਿਜਲੀ ਵਿਭਾਗ ਦਾ ਮੁਲਾਜ਼ਮ ਤੁਹਾਡੇ ਕੋਲ ਨਹੀਂ ਆਵੇਗਾ, ਤੁਹਾਡੇ ਮੋਬਾਈਲ 'ਤੇ ਜਿਹੜਾ ਬਿੱਲ ਆਇਆ ਹੋਵੇਗਾ ਉਸ ਨੂੰ ਤੁਸੀਂ ਪਾਵਰਕਾਮ ਦੀ ਐਪ ਰਾਹੀਂ ਹੀ ਪੜ੍ਹ ਸਕਦੇ ਹੋ। Subscribe to One India channel and never miss an update.